प्रोग्राम जुर्म अंजाम के साथ मैं हूं तारिक हफीज। शहर में बढ़ती हुई वारदातें हैं, कत्ल है और अकदाम कत्ल हैं, और इस किस्म की बहुत सी वारदातें इस शहर में हो रही हैं। लेकिन अमूमन किसी लड़की के चक्कर में किसी बंदे को मार देना और कानूनी इदारों की जानिब से तशवीश का इजहार भी इस बात पर किया जाता है और फिर उसको रोकने के लिए इकदाम भी किए जाते हैं। लेकिन क्या किया जाए कि जब कानून के मुहाफिज ही कानून को हाथ में ले लें। कानून के मुहाफिज ने किस तरीके से कानून को हाथ में लिया और मुआशके के चक्कर को ख़त्म करने के लिए किस तरह से लड़के पर कारी वार किया और उसको हादसा जाहिर करके अपनी जान छुड़ाने की कोशिश की, और पेटी भाई अपने पुलिस भाई को बचाने के लिए किस तरीके से इकदाम कर रहे हैं, ये सब जानते हैं। नाज़रीन, मोहल्ले के लोग क्या कहते हैं, आखिर उस लड़के का कैरेक्टर कैसा था जिसको कत्ल कर दिया गया, भेंट चढ़ा दिया, हादसे का रंग जो है वो दिया गया। आप यहीं पे रहते हैं, आप जानते हैं इसको? हाँ, बच्चा अच्छा है माशाल्लाह जी, मल्लेदार है साडा, मल्लेदार जी, हाँ भतीजा अच्छा लड़का। हाँ जी, बहुत अच्छा, किसी से लड़ाई को कभी लड़ा कभी देखा ही नहीं उसको, बड़ा अच्छा। आप भी मल्लेदार? हाँ जी, मेरा सामने का था ये, वो बहुत अच्छा बच्चा था, जालिमों ने जुल्म किया उसके साथ। एलडी ग्राउंड सी, ओथों सानू सिनिया मिलिया के तुहाडा बच्चा साडे कोले ते आ जावो शरारत कार लैके। ओदी वालदा गई है, ओ एलडी ग्राउंड लभदी रही, ओनू नहीं लभा, ओ खप के घर आई है कि मैं कित्थों पता करा। असीं ओदे नाल भज्जे आ, फिर थाने उसे वेले फोन आ गया है कि तुहाडा बच्चा फौत हो गया। ਅਸੀਂ ਸਾਰੇ ਗਏ ਆ, ਸਾਡਾ ਕੁਛ ਨੇ ਕੋਈ ਤਾਮ ਨਹੀਂ ਕੀਤਾ, ਪੁਲਿਸ ਨੇ ਕੋਈ ਤਾਮ ਨਹੀਂ, ਮੁੱਲੇਦਾਰ ਵੀ ਸਾਰੇ ਗਏ ਜੀ, ਅਸੀਂ ਸਾਰੇ ਗਏ ਆ। ਉਹਨਾਂ ਨੇ ਸਾਡੇ ਕੱਲ ਵੀ ਜਾਂਦੇ, ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ। ਕਿਹਨਾਂ ਨੇ? ਪੁਲਿਸ ਵਾਲਿਆਂ ਨੇ, ਪੁਲਿਸ ਵਾਲਿਆਂ ਨੇ ਥਾਣੇ ਤੇ ਫਿਰ ਅਸੀਂ ਨੱਸ ਕੇ ਭੱਜੇ ਨਹੀਂ, ਅਸੀਂ ਅੰਦਰ ਗਏ ਆ। ਉਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਇੱਥੇ ਬਹਿ ਜਾਓ, ਜਾਂ ਕਿਤੇ ਗੱਲ ਨਹੀਂ ਅਸੀਂ ਕਰਦੇ, ਸੁਣਨੇ ਆਉਣੇ। ਅਸੀਂ ਕਿਹਾ ਕਿ ਤੁਸੀਂ ਸਾਡੀ ਗੱਲ ਕੋਈ ਨਹੀਂ ਕਰਦੀ ਸੁਣੀ, ਸਾਡਾ ਬੱਚਾ 24 ਘੰਟੇ ਹੋ ਗਏ ਨੇ ਹਸਪਤਾਲ ਪਿਆ ਹੋਇਆ, ਤੇ ਅਸੀਂ ਲਿਆਜ਼ਾ ਹੁਣ ਰੋਡ ਬਲਾਕ ਕਰਨਾ। ਅਸੀਂ ਫਿਰ ਕੱਲ ਰੋਡ ਬਲਾਕ ਕੀਤਾ। ਥਾਣੇ ਗਏ ਥੇ ਨਾ, ਉਹ ਕਹਿ ਰਹੇ ਥੇ ਅੰਦਰ ਆ ਜਾਏ, ਅੰਦਰ ਗਏ ਆ ਤੇ ਉਹਨਾਂ ਨੇ ਐਸ ਪੀ ਨੂੰ ਪੇਸ਼ ਕਰੋ, ਇਹਨੂੰ ਬਿਠਾਓ ਇਹਨਾਂ ਨੂੰ। ਫਿਰ ਅਸੀਂ ਕਿਹਾ ਸਾਡੀ ਸੁਣਨੀ ਕਿਸੇ ਨੇ ਵੀ ਨਹੀਂ, ਪਤਾ ਨਹੀਂ ਕਿਹਦੇ ਕਮਰੇ 'ਚ ਚਲੇ ਗਏ। ਫਿਰ ਅਸੀਂ ਆ ਕੇ ਸ਼ਾਦਰੇ ਮੋੜ ਦੇ ਰਸਤਾ ਬਲੋਕ ਕਰ ਦਿੱਤਾ। ਅੱਛਾ, ਤੁਸੀਂ ਇਤਜਾਜ ਕੀਤਾ, ਫਿਰ ਪਰਚਾ ਹੋਇਆ? ਹਾਂ, ਫਿਰ ਹੋਇਆ ਐਫ ਆਈ ਆਰ ਵਗੈਰਾ ਵੀ ਹੋਈ। ਨਹੀਂ, ਪਰਚਾ ਕਾਟ ਦਿਆ ਉਹਨਾਂ ਨੇ। ਆਪ ਸਰ ਉਹ ਕਹਿ ਰਹੇ ਨੇ ਕਿ ਇਹ ਰੇਲਵੇ ਦਾ ਹਾਦਸਾ ਹੈ। ਰੇਲਵੇ ਦਾ ਇਹਨਾਂ 'ਤੇ ਰੇਲਵੇ ਉੰਨੀ ਦੇਰ ਜਾਂਦੀ ਨਹੀਂ ਜਿੰਨੀ ਦੇਰ ਲੇਹ ਲਹਾਣਾ ਹੈ। ਰੇਲਵੇ ਉੱਥੇ ਹੈ ਹੀ ਕੋਈ ਨਹੀਂ, ਮਤਲਬ ਤਾਂ ਬੱਚਾ ਕਿਵੇਂ ਉੱਥੇ ਜਾ ਬੱਚਾ ਰੇਲਵੇ ਕੇ ਸਾਥ। ਅੱਛਾ, ਉਹਨਾਂ ਨੇ ਇਹਨੂੰ ਹਾਦਸੇ ਦਾ ਰੰਗ ਦਿੱਤਾ ਕਿ ਮਾਰਿਆ ਕਿਸੇ ਨੇ, ਭਾਵੇਂ ਕਿਸੇ ਮਾਰਿਆ ਇਹ ਨਹੀਂ ਪਤਾ ਹੁਣ ਕਿੰਨੇ ਮਾਰਿਆ, ਮਾਰਿਆ ਗਿਆ। ਕਹਿੰਦੇ ਨੇ ਏਐਸਆਈ ਜੇ ਕੋਈ ਉਹਦਾ? ਹਾਂ, ਹੋ ਸਕਦਾ ਏਐਸਆਈ ਨਹੀਂ ਮਾਰਿਆ। ਰੇਲਵੇ ਦਾ ਜਦ ਮਸਲਾ ਹੈ ਨਾ, ਰੇਲਵੇ ਉੰਨੀ ਦੇਰ ਜਾ ਨਹੀਂ ਸਕਦੀ ਜਿੰਨੀ ਦੇਰ ਲੇਹ ਲਹਾਣਾ ਹੋਵੇ, ਅਤੇ ਰੇਲਵੇ ਚਲੀ ਗਈ ਹੈ ਅਤੇ ਬਾਅਦ ਅਸੀਂ ਸਾਨੂੰ ਸੁਨੇਹਾ ਮਿਲਦਾ ਵੀ ਕਿਵੇਂ ਮਿਲਿਆ। ਥਾਣੇ ਗਏ ਤੇ ਜਦੋਂ ਰੋਲ ਬਲਾਕ ਕੀਤਾ, ਫਿਰ ਉਹ ਡੀ ਐਸ ਪੀ ਸਾਹਿਬ ਆਏ ਨੇ, ਉਹਨਾਂ ਕਿਹਾ ਕਿ ਬੇਟਾ ਉਹ ਅਸੀਂ ਕਰਨੀ ਹੈ, ਹੋਏਗਾ ਪਰਚਾ। ਤੁਸੀਂ ਉਹਦੇ 'ਚ ਨਾਮਜ਼ਦ ਕੀਤਾ ਬੰਦੇ ਨੂੰ ਜਿਹਨੇ ਮਾਰਿਆ? ਹਾਂ, ਉਹਦਾ ਨਾਂ ਲਿਆ ਗਿਆ, ਨਾਂ ਲਿਆ ਗਿਆ। ਲਾਠੀਚਾਰਜ ਵੀ ਕੀਤਾ? ਐਸ ਐਚ ਓ ਸਾਹਿਬ ਨੇ ਲਾਠੀਚਾਰਜ ਵੀ ਕੱਲ੍ਹ ਆਉਂਦਿਆਂ ਕੀਤੀ ਹੈ। ਇੱਧਰ ਅੱਗੋਂ ਭੈਣ ਨੇ ਕਿਹਾ ਤੁਸੀਂ ਖਲੋਤੇ ਆ, ਮਾਰੋ ਤੁਹਾਨੂੰ। ਅੱਛਾ, ਫਿਰ ਉਹਨਾਂ ਨੇ ਕੁਛ ਗੱਲਬਾਤ ਸੁਣੀ ਹੈ ਇਹਨਾਂ ਦੀ। ਰੋਡ ਬਲੋਕ ਕੀਤਾ ਤੇ ਐਸ ਐਚ ਓ ਨੇ ਲਾਠੀ ਚਾਰਜ ਕੀਤਾ ਜੀ, ਤੇ ਫਿਰ ਤੁਸੀਂ ਕਿਹਾ ਮਾਰੋ ਸਾਨੂੰ? ਹਾਂਜੀ, ਮਾਰਨ ਦੇ ਭਾਈ ਨੇ ਕਿਹਾ ਮਾਰੋ ਸਾਨੂੰ, ਮੈਂ ਮਰਨ ਵਾਸਤੇ ਖਲੋਤਾ। ਫਿਰ ਅੱਗੋਂ ਐਸ ਪੀ ਸਾਹਿਬ ਆਏ ਨੇ, ਉਹਨਾਂ ਨੇ ਗੱਲ ਇਹਨਾਂ ਦੀ ਗੱਲਬਾਤ ਸੁਣੀ। ਡੀ ਐਸ ਪੀ ਸਾਹਿਬ ਨਾਲ ਕੀ ਗੱਲ ਹੋਈ? ਉਹਨਾਂ ਨੇ ਕਿਹਾ ਜੀ ਅਸੀਂ ਪਰਚਾ ਕੱਟਣੇ ਆ, ਅਸੀਂ ਛੋਰੇ ਹੋਈ ਪਾਈ ਰੱਖੇ ਨੇ, ਸਾਨੂੰ ਇੱਥੇ ਚਾਹੀਦਾ ਕਿਉਂਕਿ ਪਤਾ ਕਿ ਵੀ ਇਹਨਾਂ ਜਾ ਕੇ ਉੱਥੇ ਕੀ ਕਰਨਾ। ਅਖੀਰ ਉਹਨਾਂ ਨੇ ਵਾਅਦਾ ਲਿਆ ਕਿ ਅਸੀਂ ਜਾਂਦੇ ਹਾਂ ਪਰਚਾ ਕਰਾਉਂਦੇ ਹਾਂ, ਉਹਨਾਂ ਡੀ ਐਸ ਪੀ ਸਾਹਿਬ ਨੇ ਜਾ ਕੇ ਪਰਚਾ ਕਰਵਾਇਆ।
احتجاج دی وجہ تو ہے پولیس نے پہلے پرچہ پہلے نہیں ہویا پہلے نہیں ہویا کتنی واری تھانے گئے اس تو پہلے پرچہ نہیں ہویا اسی دو واری گئے ہاں ہاں جی دو دفعہ ایک دفعہ جی ماریا نے صدقہ ماریا نے بچہ گیا سی ان بلایا نے بلا کے ان خود ماریا نے بچے نو مار مار کے نہ تباہی لا دیتی بچے دی کنے مارے پولیس والے ماریا بچے نو کی نام پولیس والے پولیس والے دا نام دا نہیں پتہ سانو تسی کیویں کہہ سکدے ہو کہ پولیس والے نے ماریا ان دا بھرا ہے کڑی دا وچ جڑا اونے ماریا ہے بلال بلال ان دا نام ہے اونے ماریا ہے بلال نامی بندے نے ماریا ہاں جی ان دا نال ایسی ٹھنڈ آ رہی انہیں ماریا نار خود رال کے ماریا نہ بچے نو وہ آندے نے بچہ ٹوڑا گڈی ریل گڈی دے تھلے آیا ہے نہیں کچھ جہم نہیں کوئی کچھ بھی نہیں ہے گا احتجاج سے تسی نال گئے ہوتے ہاں جی اسی سارے کٹھے گئے ہیں بان کے ہوتے کنے بندے تو گئے ہو اسی کافی بندے گئے ہیں تو جناب ڈر کے وام نس جائے گی باقی وام کتے پھر وام نو نال رل کے سارے روڈ بلاک کیتا روڈ بلاک کر کے سانو انہوں نے پھر ایس ایچ او آیا انہوں نے کہا سائڈ تے کر لو منجی اسی پرچہ کٹ دینے ہیں باقی اسی سائڈ تے کیتی ہو پھر وہی نظام پھر اسی بند کرتا ہے پھر ڈپٹی صاحب آئے نے پھر انہوں نے ساڈا پرچہ کٹیا پھر اسی میاں شامی لے گئے تین بجے اسی اتنے ذلیل ہوئے ہیں چھ بجے تک اسی اتنے ذلیل ہوتے رہے پتا چلیا کہ منڈے نو مارتا کدا فون آیا اس تو بعد تسی گئے ادھر نال انہاں دے تھانے آیا اسی سانو ہے ماچس فیکٹری ہاں جی والدہ نو آیا فون ہاں جی پھر سانو دسیا پھر اسی سارے جن منڈے ہے اسی گئے ہیں انہوں نے کہا جی ہاسپٹل لے گئے اسی ہاسپٹل گئے ہیں انہوں نے کہا ڈیتھ ہو گئی ہاسپٹل آنے کے ڈیتھ ساڑھے تین بجے منڈا چنگا بھلا سی ساڑھے پانچ بجے منڈا مر گیا دو گھنٹے دے وچ انہوں نے اس طرح کا کیتا کہ نہیں تو ایک دو انہوں تو آپ ہی کلا نہیں سی مان ہے گا تو باقی انہوں کو تینا چون جانے رل کے مارے ہے ایک دو دے ہاتھ نہیں آنا لگا سر چھ بجی سی کوئی چیز اے جگہ دے نا بٹ بجے ہوئے نے اے جگہ دے نا جی پستول دے لالو یا کسی چیز دے بٹ بجے سی ہے تصویر جی چیک کرو نا تو انج بھی اے جگہ تے سارے نشان ہے نے اے ہوں تھی دسو کہڑا کوئی بندہ اس طرح جہاں اپنے آپ نشان لینا ہے اس وجہ تو لہٰذا جو بھی ہوا نا زیادتی ہوئی سارے کنے بندے تھی احتجاج کرن گئے سی مائیاں بھی نال سی ہاں جی کوئی بڑھیاں گیا سی سارے پنجی تی بڑھیاں سی تو کوئی ستر اسی بندے سن ہاں جی پورے محلے دار سی تے سارے محلے دار سارے نال سی تسی بھی نال گئے ہاں جی اسی بھی سن نال کی واقعہ ہویا تواڈے نظر چ کی آیا تسی جدوں نال گئے نال بدتمیزی کرنی کوشش کیتی ہے تے اسی تے پھر اکڑ گئے اسی کہ نہیں ساڈا پرچا کٹو گے تے اسی جاواں گے نہیں تے اسی نہیں جانا الٹا پولیس والے نے کہا جاؤ او جڑا نا ڈرائیور او تے بڑا ہاش بشاش بیٹھا سی کہ میرا پولیس والا جڑا نا واقف ہے یہ ایسا ہی لگایا کڑی دا بھرا اونے سارے نوں مل مول کے تے انہاں نے بڑا انہاں نے ہوشیار کیتا ہے اسی او کڑی تے بالکل ہی ڈردی نہیں سی پئی براہ راست کوئی تعلق نہیں بلا کے نا ایل ڈی گراؤنڈ بیٹھے سن اتنے ہی بعد چن فون آیا کہ لے آن کے تھانے دار نے پولیس والے نے فون کیا بعد چ لین گئے لبا نہیں اتنے گئے ہلے پہنچے بھی نہیں گھر ہی فون آ گیا مر بھی گیا اویس دا دوست لے کے گیا سی نال اسد لے جی رکشے والا اچھا اسد رکشے والا لے ہاں جی پہلے بھی آندا جاندا سی ہاں پہلے بھی ایک دو واری اونوں بلان آیا سی ایتھے اسد ایتھے ہی رہندا دوست نہیں او ڈے ولے رہندا پراچا کلونی ولے اچھا پراچا کلونی ہاں جی ہسپتال
ਮੇਰੇ ਭਾਈ ਨੂੰ ਨਾ ਪਹਿਲੇ ਉਹਨਾਂ ਨੇ ਉੱਥੇ ਮਾਰ ਮੂਰ ਕੇ ਸੁੱਟ ਦਿੱਤਾ। ਭਾਈ ਹੈ? ਹਾਂਜੀ ਛੋਟਾ ਭਾਈ ਹੈ ਮੇਰਾ। ਫਿਰ ਬਾਅਦ 'ਚ ਉਹਨਾਂ ਨੇ ਉੱਥੇ ਪਿਆ ਰਿਹਾ, ਮੇਰਾ ਨਾ ਭਾਈ ਦਾ ਛੋਟਾ ਸਾਲਾ ਆਇਆ ਕਿ ਤੁਹਾਡਾ ਨਾ ਉੱਥੇ ਭਾਈ ਉਹਨੂੰ ਕਤਰੇ ਸੱਟਾਂ ਸੁੱਟਾਂ ਲੱਗੀਆਂ ਅਤੇ ਕਹਿੰਦਾ ਮੇਰੀ ਵਾਲਦਾ ਨੂੰ ਭੇਜੋ। ਵਾਲਦਾ ਪੁੱਜ ਲੱਗੇ ਨੇ ਅਤੇ ਉੱਥੇ ਜਾ ਕੇ ਮੁੰਡਾ ਨਹੀਂ ਸੀ ਹੈਗਾ। ਫਿਰ ਉਹ ਹੀ ਅਸਦ ਅਤੇ ਉਹ ਕੁੜੀ ਉਸ ਮੁੰਡੇ ਨੂੰ ਚੁੱਕ ਕੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਕਿੱਥੇ ਨਹੀਂ। ਫਿਰ ਖਬਰ ਆਈ ਹੈ ਥਾਣੇ ਉੱਧਰੋਂ ਹਸਪਤਾਲੋਂ ਕਿ ਹਸਪਤਾਲ ਅਸੀਂ ਉਹਨੂੰ ਜਾ ਕੇ ਰਸਤੇ 'ਚ ਅਤੇ ਲਾਸ਼ ਵੇਖੀ ਹੈ। ਉਹ ਜਿਹੜੀ ਕੁੜੀ ਹੈ ਉਹ ਅਤੇ ਉਹ ਮੁੰਡਾ ਉਹਦਾ ਨਾਲ ਜਿਹੜਾ ਸੁਣਿਆ ਭਾਈ ਇੱਕ ਪੁਲਿਸ ਵਾਲਾ ਉਹਨਾਂ ਨੇ ਮਾਰਿਆ ਇਹਨੂੰ। ਕੁੜੀ ਦਾ ਭਾਈ ਹੈ ਪੁਲਿਸ? ਹਾਂਜੀ। ਅਸਦ ਦੋਨਾਂ ਨੇ ਮਿਲ ਕੇ ਮਾਰਿਆ? ਹਾਂਜੀ, ਬਲਾਲ ਬਲਾਲ ਉਹਦੇ ਭਰਾ ਦਾ ਨਾਂ ਹੈ। ASI ASI ਉਹਨਾਂ ਨੇ ਉਹਨਾਂ ਨੇ ਅਤੇ ਇਹਨਾਂ ਦੇ ਦੋਵਾਂ ਭੈਣ ਭਰਾ ਨੇ ਰਲ ਕੇ ਨਾ ਕੁੜੀ ਨੂੰ ਮਾਰਿਆ। ਅਤੇ ਅਸੀਂ ਗਏ ਹਾਂ, ਸਾਡੇ ਭਰਾ ਕਹਿੰਦੇ ਜੀ ਇਹ ਟ੍ਰੇਨ ਦਾ ਹਾਦਸਾ ਹੋਇਆ ਵੇ, ਐਂ ਜਿ ਵੱਜਿਆ ਵੇ ਉਹਦੇ ਨਾਲ। ਉਹਨਾਂ ਨੇ ਉਹਨੂੰ ਉਹ ਬਲੀਚਰ ਵੀ ਪਿਆਈ ਹੈ ਅਤੇ ਬੱਟ ਮਾਰ ਮਾਰ ਕੇ ਨਾ ਤਿੰਨ ਚਾਰ ਜਿੰਨਿਆਂ ਨੇ ਤਸ਼ੱਦਦ ਹੀ ਕੀਤਾ ਸਾਰਾ ਜਿਸਮ ਉਹਦੀਆਂ ਪਸਲੀਆਂ ਵਗੈਰਾ ਹੱਡੀਆਂ ਵਗੈਰਾ ਦਿਮਾਗ ਦੀਆਂ ਅਤੇ ਸੀਨੇ ਦੀਆਂ ਸਾਰਾ ਕੁਝ ਤੋੜ ਦਿੱਤਾ। ਉੱਤੋਂ ਬਲੇਡ ਵਗੈਰਾ ਮਾਰੇ, ਐਡੀ ਕੁ ਬੁਰੀ ਤਰ੍ਹਾਂ ਮਾਰਿਆ ਸੀ। ਚਾਰ ਬੰਦੇ ਨੇ। ਚਾਰ ਬੰਦੇ ਕਿਹੜੇ ਕਿਹੜੇ ਨੇ? ਐ ਨਹੀਂ ਪਤਾ ਜੀ, ਉਹਨਾਂ ਦੇ ਨਾਲ ਨੇ ਬਾਕੀ ਦੋ ਕੁੜੀ ਹੋ ਗਈ, ਅਸਦ ਹੋ ਗਿਆ, ਨਾਲ ਬਿਲਾਲ ਹੋ। ਹਾਂਜੀ, ਜਿਹੜਾ ਮੇਨ ਹੱਡੇ ਨਾ ਉਹ ਬਿਲਾਲ ਏ ਅਤੇ ਹੋਰ ਕੁੜੀ ਏ। ਬਿਲਾਲ ASI? ਹਾਂ, ਬਿਲਾਲ ASI ਥਾਣੇ 'ਚ। ਇਹ ਨਹੀਂ ਪਤਾ ਉਹਨਾਂ ਨੇ ਕਿਹਾ ਗੁੱਜਰਪੁਰੇ ਥਾਣੇ, ਕਿਹਾ ਗੁੱਜਰਪੁਰੇ ਥਾਣੇ ਦੇ ਵਿੱਚ ਕਿਹਾ ਜੀ ਗੁੱਜਰਪੁਰੇ ਥਾਣੇ। ਹਾਂਜੀ, ਤੇ ਧਮਕੀਆਂ ਲਾ ਰਹੇ ਸਨ ਸਾਨੂੰ। ਧਮਕੀਆਂ ਲਾਈਆਂ? ਧਮਕੀਆਂ ਲਾਉਂਦਾ ਸੀ ਜਾਓ ਜੋ ਕੁਛ ਕਰਨਾ ਜੇ ਕਰ ਲਓ, ਭਾਵੇਂ ਤੁਸੀਂ ਸਾਰੇ ਥੱਲੇ ਭਾਈ ਮੁੰਡੇ ਦੇ ਨਾਲ, ਅਸੀਂ ਪਰਚਾ ਵੀ ਨਹੀਂ ਆਉਣ ਦੇਣਾ, ਅਸੀਂ ਪੋਸਟਮਾਰਟਮ ਵੀ ਨਹੀਂ ਆਉਣ ਦੇਣਾ। ਇਤਜਾਜ ਕਰਨ ਗਏ ਤੁਸੀਂ? ਉਦੋਂ ਕਰਨ ਗਿਆ, ਉਸ ਤੋਂ ਪਹਿਲੇ ਵੀ ਅਤੇ ਉਸ ਤੋਂ ਬਾਅਦ ਵੀ। ਉਸ ਤੋਂ ਪਹਿਲੇ ਉਹਦੀ ਕਾਲ ਆਈ ਹੈ? ਹਾਂਜੀ, ਨਹੀਂ ਨਹੀਂ ਅਸੀਂ ਥਾਣੇ ਗਏ ਵਾ ਨਾ ਪਰਚਾ ਕਢਾਉਣਾ ਸੀ, ਸਾਨੂੰ ਪਤਾ ਲੱਗਾ ਹੈ ਕਿ ਉਹਨੇ ਖਬਰ ਆਈ ਹੈ ਕਿ ਉਹਦੀ ਮੰਮੀ ਨੂੰ ਕਿ ਮੁੰਡਾ ਮਰ ਗਿਆ। ਅਸੀਂ ਸਾਰੇ ਮੁੱਲੇ ਵਾਲੇ ਗਏ ਹਾਂ ਸੀਗੇ, ਮੁੰਡਾ ਤਾਂ ਇਹੋ ਜਿਹਾ ਹੈ ਹੀ ਨਹੀਂ। ਅਤੇ ਉਹਨਾਂ ਨੇ ਫਿਰ ਥਾਣੇ ਜਾ ਕੇ ਮੁੰਡਾ ਸੀ ਅੱਗੇ ਉੱਥੇ ਪੁਲਿਸ ਵਾਲਿਆਂ ਨੇ ਉਹਨਾਂ ਕਿਹਾ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ, ਬਲਕਿ ਖੁਦਕੁਸ਼ੀ ਦਾ ਹਾਦਸਾ ਨਹੀਂ ਹੈਗਾ। ਅਤੇ ਉਹਨਾਂ ਨੇ ਮਾਰਿਆ, ਕੁੜੀ ਵੀ ਐਕਟਿਵ ਹੈ, ਮੁੰਡਾ ਵੀ ਜਿਹੜਾ ਅਸਦ ਉਹ ਵੀ ਐਕਟਿਵ ਹੈ ਬੁਲਾਲ ਦੇ ਸਿਰ 'ਤੇ। ਉਹ ਕਹਿੰਦਾ ਕਿ ਕਰਨਗੇ ਜੋ ਕੁਛ ਮਰਜ਼ੀ ਤੁਸੀਂ ਕਰ ਲਓ, ਕੁਛ ਨਹੀਂ ਹੋ ਸਕਦਾ। ناظرین محلداروں کا کہنا ہے کہ اویس جو ہے وہ اس قسم کا لڑکا نہیں تھا اور نہ ہی اس کی اٹیچمنٹ تھی کسی لڑکی کے ساتھ، لیکن جو بلال ہے، بلال ASI، اس کی سسٹر کے ساتھ تعلقات تھے تو اسد کے تھے، لیکن اسد اور اویس دونوں دوست تھے اور اسد ہی اویس کو جو یہاں سے لے کے گیا، اس کے بعد جو ہے اس کو حادثے کا رنگ دینے کی کوشش کی کہ زخمی حالت میں ٹرین کی پٹری پہ پھینکا، تو وہاں سے کسی نے اطلاع دی، جب ہاسپٹل سے فون آیا تو اس وقت تک وہ دم توڑ چکا تھا۔ فیملی اس حوالے سے کیا کہتی ہے ان سے جانتے ہیں۔